ਪਤਾ ਹੀ ਨਹੀਂ ਕੀ ਹੁੰਦਾ। ਲਾੜਾ ਲਾੜਾ ਨਹੀਂ ਬੋਲਦਾ, ਐਡਾ ਕਮਜ਼ੋਰ ਜਦੋਂ ਪੈਦਾ ਹੋਇਆ ਨਾਈ ਖਤਨੇ ਕਰਨ ਆਇਆ ਦੀ ਧੌਣ ਲਾਉਣ ਲੱਗਾ ਸੀ।
ਠੀਕ ਹੈ ਜੀ, ਮੈਂ ਵੀ ਇੱਥੇ ਕਿਉਂਕਿ ਕੋਠੇ ਦੀ ਕੰਜਰੀ ਨਹੀਂ ਵੇਖਣਾ। ਖਾਣਾ ਖਾਣਾ ਖਾਓ, ਪਿੱਛੇ ਖਾਣਾ ਲੱਗਾ। ਐਵੇਂ ਝੂਠ ਨਾ ਬੋਲ, ਇਹ ਜਲਦੀ ਕਰ ਲਓ, ਮੈਂ ਜੰਗਲਿਆਂ ਦੀ ਲੱਸੀ ਖਾ ਆਇਆ। ਭਾਜੀ ਆਹ ਪੁਰਾਣਾ ਸੀ ਤੁਹਾਡਾ, ਇਹਨੂੰ ਸੱਟ ਨੀ ਲੱਗਣੀ, ਇੱਥੋਂ ਤਾਂ ਡਿੱਗਣਾ ਹੁੰਦਾ। ਮੁਬਾਰਕ ਹੋਵੇ ਨਾਨਕਾ, ਤੈਨੂੰ ਵੀ ਕਿਸੇ ਨੇ ਵਿਆਹ ਤੇ ਸੱਦਿਆ। ਇਹ ਮੁੰਡਾ ਜੀ ਫਿਰ ਲੜਾਈ ਵਾਲੀ ਗੱਲ ਕਰ ਰਹੇ ਹੋ ਤੁਸੀਂ, ਸਰਬੱਲ ਆਏਗਾ। ਅੱਛਾ, ਮੈਂ ਕਿਹਾ ਸੱਲਾਂ ਵਾਲੇ ਟੀਵੀ ਦਾ ਐਂਕਰ। ਭਾਂਜੀ ਮੇਰੀ ਏਡੀ ਸੋਹਣੀ ਤੇ ਲਾਲਾ ਮੇਰੇ ਨਾਲ ਬੁਰਾ। ਉਹ ਜਦੋਂ ਮੈਂ ਤੀਸਰੀ ਚ ਪੜ੍ਹਨਾ ਸਾ ਉਦੋਂ ਇਹ ਟੀਚਰ ਸੀ। ਕੌਣ? ਮੇਰਾ ਭਾਈ ਹੈ, ਬੜਾ ਭਾਈ। ਇੰਨੀ ਪੱਕੀ ਉਮਰ ਦਾ ਤੁਸੀਂ ਬੱਚੀ ਵਾਸਤੇ ਰਿਸ਼ਤਾ ਲਾ ਆਇਓ, ਮੈਂ ਪੁਲਿਸ ਬੁਲਾ ਲਈ ਇੱਥੇ। ਨਹੀਂ ਨਹੀਂ ਮਾਮਾ ਜੀ, ਬਸ ਨਿਕਾਹ ਹੋਣ ਲੱਗਾ, 2 ਮਿੰਟ ਦੀ ਗੱਲ ਹੈ। ਉਹ ਤੈਨੂੰ ਕੁੜੀ ਦਿੱਤੀ ਕਿਨੇ? ਓਏ ਜਿਨ੍ਹਾਂ ਨੇ ਤੈਨੂੰ ਦੇਖਤੀ ਇਹਨੂੰ ਨਹੀਂ ਦੇ ਸਕਦੇ। ਇਹ ਗੱਲ ਆ, ਪਰ ਇਹ ਮੈਂ ਵਿਆਹ ਨਹੀਂ ਹੋਣ ਦੇਣਾ। ਵਜਾ ਕੁੜੀ ਸਾਡੀ 18 ਸਾਲਾਂ ਦੀ, ਆ 65 ਸਾਲਾਂ ਦਾ, ਇਹ ਵਿਆਹ ਨਹੀਂ ਹੋਣਾ। ਇਹ ਨਹੀਂ ਹੋਣਾ ਵਿਆਹ। ਯਾਨੀ ਤੇਰੇ ਕਹਿਣ ਦਾ ਮਤਲਬ ਇਹ ਆ ਕਿ ਮੁੰਡੇ ਦੀ ਉਮਰ ਜ਼ਿਆਦਾ ਤਾਂ ਕੁੜੀ ਦੀ ਉਮਰ ਛੋਟੀ ਆ? ਆ ਤੁਹਾਨੂੰ ਨਾ ਦੋਣਾ, ਲੇਕਿਨ ਜੋ ਮਰਜ਼ੀ ਹੋ ਜੇ ਮੈਂ ਆਪਣਾ ਬਾਹਰੋਂ ਜ਼ਬਾਨ ਦਿੱਤੀ। ਬਸ ਅੱਜ ਤਾਂ ਬੋਲ, ਮੈਂ ਜ਼ਬਾਨ ਦਿੱਤੀ ਆ, ਅੱਜ ਥੋੜਾ ਉੱਚੀ ਬੋਲ। ਮੈਂ ਤੇਰੇ ਪਿਓ ਦਾ ਨੰਬਰ। ਠੀਕ ਹੈ ਠੀਕ ਹੈ, ਬੋਲ ਕੇ ਗੱਲ ਕਰੋ, ਕਰਨਾ ਕੀ ਚਾਹੁੰਦੇ ਹੋ ਤੁਸੀਂ? ਇਹ ਵਿਆਹ ਨਹੀਂ ਹੋਣਾ, ਲੈ ਜਾ ਗੰਜ ਆਪਣੀ। ਕਾਹਦੇ ਲਈ ਵਿਆਹ ਨਹੀਂ ਹੋਣਾ? ਤੂੰ ਇਸੇ ਲਈ ਵਿਆਹ ਨਹੀਂ ਕਰਨਾ ਚਾਹੁੰਦਾ? ਉਹ ਮੇਰਾ ਭਰਾ ਮਰ ਗਿਆ, ਮੈਂ ਵੀ ਆਪਣੇ ਭਰਾ ਨੂੰ ਜ਼ਬਾਨ ਦਿੱਤੀ ਏ ਕਿ ਮੈਂ ਨੋ ਲਿਆਵਾਂਗਾ ਤੇ ਇਹ ਨੋ ਲਿਆਵਾਂਗਾ। ਤੈਨੂੰ ਤੇ ਹੋਸ਼ ਵੀ ਤੇਰੇ ਸਿਰ ਨੂੰ ਵਾ ਲੱਗੇ, ਤੈਨੂੰ ਹੋਸ਼ ਆਵੇ ਹੈ? ਆਪਣੀ ਬਕਵਾਸ ਬੰਦ ਕਰੋ। ਇਹ ਨਹੀਂ ਵਿਆਹ, ਇਹ ਚਾਹੁੰਦੇ ਹੋ ਨਾ ਕਿ ਮੁੰਡਾ ਵੱਡਾ ਜ਼ਿਆਦਾ ਉਮਰ ਦਾ ਵਿਆਹ ਹੋ ਜਾਵੇ। ਵੇਖਦਾ ਨਹੀਂ ਉਹ ਕਿੰਨੇ ਸਾਲਾਂ ਦਾ? ਪਰ ਮੇਰੇ 18 ਸਾਲਾਂ ਦੀ। ਪਰ ਮੇਰੇ ਮਰਹੂਮ ਭਰਾ ਨੇ ਇਹਨੂੰ ਨੋ ਕਿਹਾ ਤੇ ਇਹ ਨੋ ਹੋ ਗਈ ਬਣੇਗੀ ਕਿ ਜ਼ਿਆਦਾ ਮੁੰਡਿਆ। ਜੇ ਇਸ ਮੁੰਡੇ ਦੀ ਉਮਰ ਜ਼ਿਆਦਾ ਤੇ ਇਹ ਚੀਜ਼ ਘੱਟ ਨਾ, ਇੱਥੇ ਬੈਠ ਬੈਠ। ਤੇਰੀ ਹੁਣ ਤਾਂ ਤੈਨੂੰ ਰਿਸ਼ਤਾ ਕਬੂਲ ਹੈ ਨਾ? ਮੈਨੂੰ ਤਾਂ ਪਹਿਲੇ ਵੀ ਕਬੂਲ ਸੀ।